ਪੰਜਾਬ ਦੇ ਇੱਕ ਪਿੰਡ ਵਿੱਚ ਵੱਡੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਪੰਜਾਬ ਰੋਡ ਦਾ ਕਪਲਾ ਕਰਕੇ ਭੱਜਣ ਵਾਲਾ ਸੁਖਚੈਨ ਹੋਇਆ ਪੁਲਿਸ ਦੀ ਹਿਰਾਸਤ ਵਿੱਚ। ਸੁਖਚੈਨ ਨੇ ਕੀਤਾ ਦਾਅਵਾ, ਜਿਹੜਾ ਵੀ ਉਸਨੂੰ ਜੇਲ੍ਹ ਵਿੱਚੋਂ ਕੱਢੇਗਾ ਉਸਨੂੰ ਉਹ 5 ਕਰੋੜ ਇਨਾਮ ਦੇਵੇਗਾ। ਕੀ ਕੋਈ ਅਜਿਹਾ ਇਸ ਪਿੰਡ ਵਿੱਚ ਹੈ ਜੋ ਇਹ ਕੰਮ ਕਰ ਸਕੇ? ਓਏ ਗਵਲੀਆਂ ਦੇ ਗੱਲਾਂ ਬੋਲ ਮੋਲਨੀ, ਤੇਰਾ ਅੰਗ ਅੰਗ ਕਰ ਲੈ ਗਲੋਲੀ। ਯਾਰ ਨਿੱਕੀ ਨਿੱਕੀ ਗੱਲ ਤੇ ਨਾਰਾਜ਼ ਹੁੰਦੀ ਰਹਿਣੀ ਹੈ, ਤੇਰੇ ਡੈਡੀ ਨੂੰ ਮਿਲਣ ਤੋਂ ਪਹਿਲਾਂ ਥੋੜਾ ਸੈੱਟ ਤਾਂ ਹੋ ਜਾ। ਤੁਹਾਡੇ ਪਿੰਡ ਵਾਲੇ ਬੈਂਕ ਦਾ ਮੈਨੇਜਰ ਨਹੀਂ, ਉਹਦਾ ਰਿਸ਼ਤਾ ਆਇਆ ਮੇਰੇ ਲਈ, ਡੈਡੀ ਨੂੰ ਵੀ ਪਸੰਦ ਹੈ। ਤੂੰ ਉਸ ਵੇਲੇ ਬੱਲੀ ਨਾਲ ਧੱਕੇ ਖਾਈ। ਓਏ ਤੇਰੇ ਹੁਸਨਾਂ ਦੇ ਖਰਚੇ ਬੜੇ, ਦੂਜਾ ਤੇਰੇ ਗੋਰੀਏ ਨਹੀਂ ਖਰਚੇ ਬੜੇ। ਥੋੜਾ ਜਿਹਾ ਟਾਈਮ ਰੁਕ ਜਾ, ਅਸੀਂ ਉਹ ਤੇਰੀ ਦੁਕਾਨ ਮੁੱਲ ਲੈ ਲਾਂਗੇ। 2 ਮਹੀਨੇ ਦਾ ਕਿਰਾਇਆ ਤਾਂ ਤੁਹਾਡੇ ਤੋਂ ਦਿੱਤਾ ਨਹੀਂ ਜਾਂਦਾ, 2.5 ਲੱਖ ਕਿਵੇਂ ਇਕੱਠਾ ਕਰ ਲਓਗੇ? 2.5 ਲੱਖ ਦਾ ਲੋਨ ਲੈਣਾ। ITR ਦੱਸੋ ਕਿੰਨੀ ਭਰਦੇ? ਇਨਕਮ ਹੁੰਦੀ ਤਾਂ ਲੋਨ ਲੈਣ ਕਿਉਂ ਆਉਂਦੇ? ਪਰ ਇਹ ਵੀ ਗੱਲ ਪੱਕੀ ਹੈ, ਜੇ ਜੱਟ ਦੀ ਮਸ਼ੂਕ ਜੱਟ ਨੂੰ ਛੱਡ ਕੇ ਕਿਤੇ ਹੋਰ ਵਿਆਹ ਕਰਾਊਗੀ ਨਾ, ਵਾਪਸ ਇਸ ਜੱਟ ਕੋਲੇ ਹੀ ਆਊਗੀ। ਇਹਦਾ ਲੋਨ ਨਾਲ ਕੀ ਲੈਣਾ ਦੇਣਾ? ਬਾਲੀ ਮਾਲੀ ਕਿਸਮਤ ਆਪਣੀ, ਹੁਣ ਕੀ ਕਰਾਂਗੇ ਛਿੰਦੇ? ਡਾਕਾ ਮਾਰਾਂਗੇ। ਸਭ ਤੋਂ ਜ਼ਰੂਰੀ ਗੱਲ, ਤੂੰ ਜਨਾਨੀ ਬਣ ਕੇ ਜਾਏਗਾ। ਇੱਕ ਨਾ ਪੰਡਿਤ ਨੇ ਦੱਸਿਆ ਵੀ ਤੇਰਾ ਪੁਰਾਣਾ ਸੂਟ ਕਿਸੇ ਗਰੀਬ ਨੂੰ ਦੇਵਾਂਗੇ ਤਾਂ ਆਪਣਾ ਕੰਮ ਵਧੀਆ ਤੁਰ ਪਊਗਾ। ਸਾਡੇ ਤੋਂ ਵੀ ਕੋਈ ਗਰੀਬ ਹੈਗਾ? ਇੱਕ ਵਾਰੀ ਹੋਰ ਸੋਚਦਾ, ਪੈਸਿਆਂ ਲਈ ਡਾਕਾ ਮਾਰਨਾ ਜ਼ਰੂਰੀ ਹੈ? ਡਾਕਾ ਪੈਸਿਆਂ ਲਈ ਨਹੀਂ, ਲਾਲੀ ਦੇ ਪਿਆਰ ਲਈ ਮਾਰਨਾ। ਕੈਸ ਕਿੱਥੇ ਆ? ਪੁਸ਼ਪਾ ਕੋਲ। ਪੁਸ਼ਪਾ ਕੌਣ ਹੈ? ਕੌਣ ਹੈ ਪੁਸ਼ਪਾ? ਮੈਂ ਕਹਿ ਰਿਹਾ, ਹੂ ਇਜ਼ ਪੁਸ਼ਪਾ? ਸਰ ਆਈ। ਆਉਣ ਦੀ ਲੋੜ ਨਹੀਂ ਪੁਸ਼ਪਾ, ਕੈਸ ਕੱਢ। ਛਿੰਦੇ ਕੀ ਸੋਚਿਆ ਸੀ ਯਾਰ, ਕੀ ਹੋ ਗਿਆ? ਜੋ ਸੋਚਿਆ ਸੀ ਉਹੀ ਹੋਇਆ ਬੱਲੀ। ਹੁਣ ਇਹ ਸੁੱਖ ਚੈਨ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਚੈਨ ਲੈ ਕੇ ਆਊਗਾ। ਫਿਰਦੇ ਆ ਫੁੱਲ ਰਹਾਉਂਦੇ ਗੱਭਰੂ, ਅੱਜ